ਭਾਵੇਂ ਸੰਤਰੀ ਦੀ ਗੱਡੀ ਦੀ ਜੱਗ ਦੀ ਨਾ ਗੱਡੀ ਨਾ ਵਸੀਲ ਦੀ ਹੀ ਛੱਡੀ ਜੀ ਜਨਾਬ ਮੰਤਰੀ ਦੀ ਗੱਡੀ ਹੈ ਤਾਂ ਛੱਡੋ ਸਭ ਕੋੜੇ ਜਾਣਗੇ ਕਿ ਸਾਰੇ ਕੋੜੇ ਜਾਣਗੇ ਚਾਹੋਗੇ ਸਾਥ ਦੀ ਪਰ ਇਸ ਵਾਲਾ ਹੋਵੇ ਭਾਵੇਂ ਹੋਰ ਨਹੀਂ ਉਹ ਮਾਫ ਜੀ ਮੁੰਡੇ ਤੇ ਲੰਗੇ ਆਉਣਾ ਸਾਰਿਆਂ ਤੇ ਕੱਟੇ ਜਾਣਗੇ ਸੋਸ਼ਲ ਮੀਡੀਆ 'ਤੇ ਇਹਨਾਂ ਦਿਨੀ ਚੰਡੀਗੜ੍ਹ ਦੇ ਇੱਕ ਪੁਲਿਸ ਵਾਲੇ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਪੁਲਿਸ ਮੁਲਾਜ਼ਮ ਆਪਣੀ ਗਾਇਕੀ ਜ਼ਰੀਏ ਲੋਕਾਂ ਨੂੰ ਟ੍ਰੈਫਿਕ ਰੂਲਾਂ ਪ੍ਰਤੀ ਜਾਗਰੂਕ ਕਰ ਰਿਹਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੈਂਕੜਿਆਂ ਦੀ ਗਿਣਤੀ 'ਚ ਲੋਕ ਖੜੇ ਨੇ ਅਤੇ ਇੱਕ ਦਸਤਾਰਧਾਰੀ ਪੁਲਿਸ ਮੁਲਾਜ਼ਮ ਹੱਥ 'ਚ ਮਾਈਕ ਫੜ ਕੇ ਬੜੇ ਹੀ ਵੱਖਰੇ ਅੰਦਾਜ਼ 'ਚ ਲੋਕਾਂ ਨੂੰ ਟ੍ਰੈਫਿਕ ਰੂਲਾਂ ਪ੍ਰਤੀ ਸਮਝਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਆ ਦੇਖੋ ਜ਼ਰਾ ਤੁਸੀਂ ਵੀਡੀਓ ਅਤੇ ਸੁਣੋ ਕਿਵੇਂ ਇਸ ਦਸਤਾਰਧਾਰੀ ਪੁਲਿਸ ਮੁਲਾਜ਼ਮ ਨੇ ਲੋਕਾਂ ਨੂੰ ਵੱਖਰੇ ਹੀ ਅੰਦਾਜ਼ 'ਚ ਟ੍ਰੈਫਿਕ ਰੂਲ ਸਮਝਾਏ। ਨੰਬਰ ਪਲੇਟਾਂ ਉੱਤੇ ਨਾਂ ਜੋ ਲਿਖਾਉਂਦੇ ਨੇ ਸ਼ੀਸ਼ਿਆਂ ਦੇ ਉੱਤੇ ਜੋ ਸਟਿੱਕਰ ਵੀ ਲਾਉਂਦੇ ਨੇ ਪੁਲਿਸ ਤੋਂ ਐਵੇਂ ਉਹ ਸਲੂਟ ਰਹਿੰਦੇ ਮੰਗਦੇ ਟੌਰ ਨਾਲ ਅੱਗੇ ਗੱਡੀ ਕੱਢ ਕੇ ਖੰਘਦੇ ਲਿਖਿਆ ਪੁਲਿਸ ਹੋਵੇ ਚਲਾਨ ਤਾਂ ਵੀ ਭਰੇ ਜਾਣਗੇ ਹੁਣ ਤਾਂ ਟੈਨਸ਼ਨ ਲੈਣੀ ਬਣੀ ਆ ਵੀਰੇ ਸਭ ਖੜੇ ਜਾਣਗੇ ਜੀ ਸਾਰੇ ਖੜੇ ਜਾਣਗੇ ਚੰਡੀਗੜ੍ਹ ਪੁਲਿਸ ਤੋਂ ਸਭ ਖੜੇ ਜਾਣਗੇ ਸਟਿੱਕਰ ਤੇ ਲੱਗੇ ਆ ਚਲਾਨ ਖੜੇ ਜਾਣਗੇ ਮੰਤਰੀ ਦੀ ਹੋਵੇ ਭਾਵੇਂ ਸੰਤਰੀ ਦੀ ਗੱਡੀ ਦੀ ਜੱਗ ਦੀ ਨਾ ਗੱਡੀ ਨਾ ਵਸੀਲ ਦੀ ਹੀ ਛੱਡੀ ਜੀ ਜਨਾਬ ਮੰਤਰੀ ਦੀ ਗੱਡੀ ਹੈ ਤਾਂ ਛੱਡੋ ਉਹ ਅਗਲਾ ਤੇ ਪਿਛਲਾ ਸ਼ੀਸ਼ਾ ਹੋਵੇ ਸਾਥ ਦੀ ਪਰ ਇਸ ਵਾਲਾ ਹੋਵੇ ਭਾਵੇਂ ਹੋਰ ਨਹੀਂ ਉਹ ਮਾਫ ਜੀ ਮੁੰਡੇ ਤੇ ਲੰਗੇ ਆਉਣਾ ਸਾਰਿਆਂ ਤੇ ਕੱਟੇ ਜਾਣਗੇ ਉਹ ਬਾਈ ਇੱਕ ਪ੍ਰੈਸ ਵਾਲੀ ਗੱਡੀ ਆ ਸਭ ਖੜੇ ਜਾਣਗੇ ਜੀ ਸਾਰੇ ਖੜੇ ਜਾਣਗੇ ਚੰਡੀਗੜ੍ਹ ਪੁਲਿਸ ਤੋਂ ਸਭ ਖੜੇ ਜਾਣਗੇ ਸਟਿੱਕਰ ਤੇ ਲੱਗੇ ਆ ਚਲਾਨ ਖੜੇ ਜਾਣਗੇ ਸਭ ਖੜੇ ਜਾਣਗੇ ਜੀ ਸਾਰੇ ਖੜੇ ਜਾਣਗੇ ਸਟਿੱਕਰ ਵਾਲੇ ਵਾਲੇ ਜਿਹੜੇ ਸਭ ਖੜੇ ਜਾਣਗੇ ਸੜਕਾਂ ਦੇ ਉੱਤੇ ਜਿਹੜੀ ਲੇਨ ਲੱਗੀ ਹੁੰਦੀ ਆ ਉਹਦੇ ਵਿੱਚ ਵਿੱਚ ਹੀ ਚਲਾਉਣੀ ਹੁੰਦੀ ਗੱਡੀ ਆ ਕੈਮਰੇ ਨਾ ਫੜੇ ਜਾਣਗੇ ਫੜੇ ਜਾਣਗੇ ਜੀ ਸਾਰੇ ਫੜੇ ਜਾਣਗੇ ਚੰਡੀਗੜ੍ਹ ਪੁਲਿਸ ਤੋਂ ਸਭ ਫੜੇ ਜਾਣਗੇ ਸਟਿੱਕਰ ਤੇ ਲੱਗੇ ਆ ਚਲਾਨ ਕਰੇ ਜਾਣਗੇ ਸਭ ਫੜੇ ਜਾਣਗੇ ਜੀ ਸਾਰੇ ਫੜੇ ਜਾਣਗੇ ਸਟਿੱਕਰ ਆਉਣੇ ਵਾਲੇ ਜਿਹੜੇ ਸਭ ਫੜੇ ਜਾਣਗੇ ਸੜਕਾਂ ਦੇ ਉੱਤੇ ਕਦੇ ਭੁੱਲ ਕੇ ਨਾ ਖੁੜਨਾ ਰੌਂਗ ਸਜਾਉਂਦੇ ਤੇ ਚਲਾਣ ਬੜਾ ਕਰਨਾ ਆਟੋ ਵਾਲੇ ਖੜ ਜਾਂਦੇ ਹਰ ਇੱਕ ਮੋੜ ਤੇ ਸਭ ਦੇ ਚਲਾਣ ਹੋਣੇ ਖੜੇ ਗਾ ਜੋ ਰੋਡ ਤੇ ਆਟੋ ਵਾਲੇ ਸਵਾਰੀ ਪਿੱਛੇ ਲੜੇ ਜਾਣਗੇ ਸਭ ਖੜੇ ਜਾਣਗੇ ਜੀ ਸਾਰੇ ਖੜੇ ਜਾਣਗੇ ਚੰਡੀਗੜ੍ਹ ਪੁਲਿਸ ਤੋਂ ਸਭ ਖੜੇ ਜਾਣਗੇ ਸਟਿੱਕਰ ਜੇ ਲੱਗੇ ਆ ਚਲਾਣ ਕਰੇ ਜਾਣਗੇ ਸਭ ਖੜੇ ਜਾਣਗੇ ਜੀ ਸਾਰੇ ਖੜੇ ਜਾਣਗੇ ਸਟਿੱਕਰ ਵਾਲੇ ਵਾਲੇ ਜਿਹੜੇ ਸਭ ਖੜੇ ਜਾਣਗੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਦਸਤਾਰਧਾਰੀ ਪੁਲਿਸ ਮੁਲਾਜ਼ਮ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ। ਬਿਊਰੋ ਰਿਪੋਰਟ, ਹਕੀਕਤ ਟੀਵੀ, ਪੰਜਾਬੀ।